मैनू यह लगता भी कैप्टन साहब को ना कोई खेती लिए जो रोड मैप आ ना इंडस्ट्री लिए रोड मैप आ उन्होंने को रोड मैप जो है तो शराब लिए जरूर रोड मैप हैगा तो पर लेकिन ना खेती लिए आ जी किसानों किसानों का धंधा गा इंडस्ट्री आ जिन्हें पंजाब को बचाना ना वो कोई रोड मैप तुसी देखो भी ना तो उन्होंने हेल्थ डिपार्टमेंट की गल की ना उन्होंने एजुकेशन डिपार्टमेंट के सेंटर ना गल की जो सेंटर ना गल की तो कल शराब के इशू तो की होर किसी इशू पर गल नहीं की। कदे भी गुरु घर नूं लोड़ नहीं पई हैगी कि जिहड़ा हैगा घाट हुई होवे कदे भी किसी गुरद्वारा साहिबान दे विच किसी भी संस्था दे विच अज तक कदे घाट नहीं पई। ये पहली बार होया इत्थों पता लगता कि श्रोमणी गुरद्वारा प्रबंधक कमेटी दा जिहड़ा प्रबंध आ वह माड़े हत्थां दे विच आ बिल्कुल सही नहीं चल रहा। और दूजे पासे मैं समझदा कि बादल साहब नूं चाहीदा सी अपील करन दी बजाए वह अपील पहलां सब तो पहलां आपदे घर दी आपकी जी उन्होंने हज़ारा एकड़ जमीन आ उस जमीन की जी जिनस पैदा होंगी वह दान कर दे वह दान क्यों नहीं की। ਸਾਡੇ ਨਾਲ ਅੱਜ ਇੱਥੇ ਮੌਜੂਦ ਹਨ ਅਜੀਤ ਦਫ਼ਤਰ ਸੰਗਰੂਰ ਵਿਖੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਐਡਵੋਕੇਟ ਹਰਪਾਲ ਸਿੰਘ ਚੀਮਾ। ਅਸੀਂ ਅੱਜ ਪੰਜਾਬ ਦੇ ਭਖਵੇਂ ਮਸਲੇ ਜਿਨ੍ਹਾਂ ਦੇ ਵਿੱਚ ਕਰੋਨਾ ਵੀ ਅੱਜ ਇੱਕ ਮੁੱਦਾ ਮੁੱਖ ਮੁੱਦਾ ਬਣ ਚੁੱਕਿਆ ਹੈ ਉਹਨਾਂ ਨਾਲ ਵਿਸ਼ੇਸ਼ ਗੱਲਬਾਤ ਕਰਨ ਜਾ ਰਹੇ ਹਾਂ। ਚੀਮਾ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਚੀਮਾ ਸਾਹਿਬ, ਅਜੀਤ ਦਫ਼ਤਰ 'ਚ ਪੁੱਜਣ 'ਤੇ ਤੁਹਾਡਾ ਸਵਾਗਤ ਆ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ। ਚੀਮਾ ਸਾਹਿਬ, ਅੱਜ ਅਸੀਂ ਮੇਨ ਗੱਲ ਇਹ ਕਰ ਰਹੇ ਹਾਂ ਵੀ ਪੰਜਾਬ ਦੇ ਵਿੱਚੋਂ ਵੱਡੀ ਗਿਣਤੀ 'ਚ ਹਿਜਰਤ ਕਰਕੇ ਜਾ ਰਹੇ ਨੇ ਪ੍ਰਵਾਸੀ ਮਜ਼ਦੂਰ। ਤੁਸੀਂ ਕੀ ਸਮਝਦੇ ਹੋ ਇਹ ਗੱਲ ਕਿੱਥੇ ਕੁ ਤੱਕ ਠੀਕ ਆ? ਪੰਜਾਬ ਸਰਕਾਰ ਨੂੰ ਉਹਨੂੰ ਰੋਕਣਾ ਚਾਹੀਦਾ ਕਿਉਂਕਿ ਇਹਦੇ ਨਾਲ ਖੇਤੀ ਵੀ ਪ੍ਰਭਾਵਿਤ ਹੋਊ, ਇੰਡਸਟਰੀ ਵੀ ਪ੍ਰਭਾਵਿਤ ਹੋਊ, ਤੁਹਾਡੇ ਇਸ ਸੰਬੰਧੀ ਕੀ ਵਿਚਾਰ ਨੇ? ਦੇਖੋ, ਮੈਂ ਸਮਝਦਾ ਜਿਹੜੇ ਪ੍ਰਵਾਸੀ ਮਜ਼ਦੂਰ ਅੱਜ ਪੰਜਾਬ ਨੂੰ ਛੱਡ ਕੇ ਜਾ ਰਹੇ ਨੇ ਇਹਦੇ ਨਾਲ ਪੰਜਾਬ ਦੀ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਪਊਗਾ ਔਰ ਇੰਡਸਟਰੀ ਜਿਹੜੀ ਹੈਗੀ ਉਹ ਪੈਰਾਂ ਸਿਰ ਨਹੀਂ ਆਉਣੀ, ਲੰਬਾ ਸਮਾਂ ਲੱਗ ਜਾਣਾ ਸਾਡੀ ਇੰਡਸਟਰੀ ਨੂੰ ਦੁਬਾਰਾ ਸਰਵਾਈਵ ਕਰਨ ਨੂੰ। ਔਰ ਇੱਥੋਂ ਪਤਾ ਲੱਗਦਾ ਕਿ ਕੈਪਟਨ ਸਾਹਿਬ ਦੀ ਕੋਈ ਇੰਡਸਟਰੀ ਸੰਬੰਧੀ ਕੋਈ ਪਾਲਿਸੀ ਨਹੀਂ ਹੈਗੀ, ਕੋਈ ਰੋਡ ਮੈਪ ਨਹੀਂ ਹੈਗਾ। ਔਰ ਦੂਜੀ ਸਭ ਤੋਂ ਵੱਡੀ ਗੱਲ ਆ ਕਿ ਜਦੋਂ ਝੋਨੇ ਦਾ ਸੀਜ਼ਨ ਹੁੰਦਾ, ਜੀਰੀ ਦਾ ਸੀਜ਼ਨ ਹੁੰਦਾ, ਸਭ ਨੂੰ ਪਤਾ ਕਿ ਬਿਜਾਈ ਦਾ ਕੰਮ ਆ ਜਿਹੜਾ ਉਹ 90% ਜਿਹੜਾ ਹੈਗਾ ਪ੍ਰਵਾਸੀ ਮਜ਼ਦੂਰ ਕਰਦੇ ਨੇਗੇ ਔਰ ਉਹਨੂੰ ਇੱਕ ਬਹੁਤ ਵੱਡਾ ਮੈਗਣਾ ਧੱਕਾ ਲੱਗਣਾ ਔਰ ਪੰਜਾਬ ਦੇ ਵਿੱਚ ਜਿਹੜੀ ਜੀਰੀ ਦਾ ਸੀਜ਼ਨ ਆ ਉਹ ਲੇਟ ਵੀ ਹੋਊਗਾ ਔਰ ਮੈਂ ਸਮਝਦਾ ਕਿਸਾਨ ਨੂੰ ਬਹੁਤ ਵੱਡਾ ਲਾਸ ਦਾ ਵੀ ਸਾਹਮਣਾ ਕਰਨਾ ਪਊ ਕਿਉਂਕਿ ਕਿਤੇ ਨਾ ਕਿਤੇ ਜਿਹੜੀ ਆ ਲੇਬਰ ਆ ਜਿਹੜੀ ਲੇਬਰ ਆ ਉਹਦੇ ਰੇਟ ਵੱਧ ਜਾਣੇ ਨੇ ਔਰ ਇਹਦਾ ਵੀ ਖਾਮਿਆ ਜਾ ਕਿਸਾਨਾਂ ਨੂੰ ਭੁਗਤਣਾ ਪੈਣਾ। ਸੋ ਮੈਨੂੰ ਇਹ ਲੱਗਦਾ ਵੀ ਕੈਪਟਨ ਸਾਹਿਬ ਕੋਲ ਨਾ ਕੋਈ ਖੇਤੀ ਲਈ ਜਿਹੜਾ ਰੋਡ ਮੈਪ ਆ ਨਾ ਇੰਡਸਟਰੀ ਲਈ ਰੋਡ ਮੈਪ ਆ ਉਹਨਾਂ ਕੋਲ ਰੋਡ ਮੈਪ ਜੇ ਹੈਗਾ ਤਾਂ ਸ਼ਰਾਬ ਲਈ ਜ਼ਰੂਰ ਰੋਡ ਮੈਪ ਹੈਗਾ ਤਾਂ ਪਰ ਲੇਕਿਨ ਨਾ ਖੇਤੀ ਲਈ ਆ ਜਿਹੜੀ ਕਿ ਕਿਸਾਨਾਂ ਲਈ ਕਿਸਾਨਾਂ ਦਾ ਧੰਦਾ ਗਾ ਇੰਡਸਟਰੀ ਆ ਜਿਹਨੇ ਪੰਜਾਬ ਨੂੰ ਬਚਾਉਣਾ ਨਾ ਉਹਦੇ ਲਈ ਕੋਈ ਰੋਡ ਮੈਪ ਆ ਰੋਡ ਮੈਪ ਇਹਨਾਂ ਤੋਂ ਬਿਨਾਂ ਮੈਂ ਸਮਝਦਾ ਮੈਨੂੰ ਇਹ ਲੱਗ ਰਿਹਾ ਵੀ ਕੈਪਟਨ ਸਾਹਿਬ ਜਿਹੜਾ ਹੈਗਾ ਇੱਕ ਬਗੈਰ ਰੋਡ ਮੈਪ ਤੋਂ ਸਰਕਾਰ ਚਲਾ ਰਹੇ ਨੇ। ਤੁਸੀਂ ਸ਼ਰਾਬ ਦੀ ਐਕਸਾਈਜ਼ ਦੀ ਗੱਲ ਕੀਤੀ ਆ ਚੀਮਾ ਸਾਹਿਬ, ਕਿੱਥੋਂ ਕੁ ਤੱਕ ਐਕਸਾਈਜ਼ ਨੀਤੀ ਸਹੀ ਆ ਕਿਉਂਕਿ ਹੋਮ ਡਿਲੀਵਰੀ ਦੀ ਵੀ ਗੱਲ ਚੱਲੀ ਆ, ਅੱਜ ਠੇਕੇ ਵੀ ਖੁੱਲ੍ਹਣ ਜਾ ਰਹੇ ਨੇ, ਤੁਸੀਂ ਕੀ ਸਮਝਦੇ ਹੋ ਪੰਜਾਬ ਸਰਕਾਰ ਦੀ ਇਸ ਪੋਲਿਸੀ ਬਾਰੇ? ਦੇਖੋ, ਜਿਹੜੀ ਸ਼ਰਾਬ ਆ ਇਹ 'ਚ ਕੋਈ ਸ਼ੱਕ ਨਹੀਂ ਹੈਗਾ ਕਿ ਸ਼ਰਾਬ ਤੋਂ ਬਹੁਤ ਵੱਡਾ ਮਾਲੀਆ ਪੰਜਾਬ ਸਰਕਾਰ ਨੂੰ ਪ੍ਰਾਪਤ ਹੁੰਦਾ ਗਾ, ਪਰ ਲੇਕਿਨ ਜਿਹੜੀ ਹੋਮ ਡਿਲੀਵਰੀ ਕਰਨੀ ਆ ਇਹ ਬਹੁਤ ਮਾੜੀ ਗੱਲ ਆ ਕਿਉਂਕਿ ਜੇਕਰ ਹੋਮ ਡਿਲੀਵਰੀ ਕਰਦੇ ਹੋ ਤਾਂ ਤੁਸੀਂ ਜਿਹੜੀ ਗੈਰ ਕਾਨੂੰਨੀ ਸ਼ਰਾਬ ਆ ਜਿਹੜਾ ਸ਼ਰਾਬ ਪੰਜਾਬ 'ਚ ਬਹੁਤ ਵੱਡੀ ਪੱਧਰ 'ਤੇ ਵਿਕਦੀ ਹੈ, ਸ਼ਰਾਬ ਮਾਫੀਆ ਇੱਕ ਬਹੁਤ ਵੱਡਾ ਮਾਫੀਆ ਪੰਜਾਬ ਦੇ ਵਿੱਚ, ਉਹਨੂੰ ਕਿਵੇਂ ਠੱਲ ਪਾਓਗੇ ਤੁਸੀਂ? ਇਹਦਾ ਮਤਲਬ ਕਿਵੇਂ ਆਈਡੈਂਟੀਫਾਈ ਕਰੋਗੇ ਕਿ ਇਹ ਬੰਦਾ ਜਿਹੜਾ ਹੈਗਾ ਕਾਨੂੰਨੀ ਸ਼ਰਾਬ ਲੈ ਕੇ ਜਾ ਰਿਹਾ ਜਾਂ ਇਹ ਬੰਦਾ ਗੈਰ ਕਾਨੂੰਨੀ ਸ਼ਰਾਬ ਲੈ ਕੇ ਜਾ ਰਿਹਾ? ਕਿਉਂਕਿ ਜਦੋਂ ਸ਼ਰਾਬ ਦੇ ਠੇਕਿਆਂ 'ਤੇ ਕੋਈ ਬੰਦਾ ਸ਼ਰਾਬ ਲੈਣ ਜਾਂਦਾ ਗਾ ਤਾਂ ਉਹਨੂੰ ਕੋਈ ਜਿਹੜਾ ਹੈਗਾ ਬਿੱਲ ਨਹੀਂ ਕੱਟ ਕੀਤਾ ਜਾਂਦਾ ਵੀ ਤੂੰ ਇੱਕ ਬੋਤਲ ਖਰੀਦ ਕੇ ਲੈ ਕੇ ਗਿਆ ਜਾਂ ਦੋ ਬੋਤਲ ਖਰੀਦ ਕੇ ਲੈ ਗਿਆ। ਸੋ ਮੈਂ ਸਮਝਦਾ ਇਹਦੇ ਨਾਲ ਜਿਹੜੀ ਗੈਰ ਕਾਨੂੰਨੀ ਸ਼ਰਾਬ ਦਾ ਧੰਦਾ ਗਾ ਪੰਜਾਬ 'ਚ ਹੋਰ ਵਧੂਗਾ ਔਰ ਸ਼ਰਾਬ ਮਾਫੀਆ ਜਿਹੜਾ ਹੈਗਾ ਹੋਰ ਤਾਕਤਵਰ ਹੋਊਗਾ। ਔਰ ਇੱਥੋਂ ਇਹ ਵੀ ਸਪਸ਼ਟ ਆ ਕਿ ਕੈਪਟਨ ਸਾਹਿਬ ਨੇ ਜਿਹੜਾ ਹੈਗਾ ਸ਼ਰਾਬ ਮਾਫੀਆ ਕੇ ਗੋਡੇ ਟੇਕਤੇ ਗਏ। ਤੁਸੀਂ ਦੇਖੋ ਵੀ ਨਾ ਤਾਂ ਉਹਨਾਂ ਨੇ ਹੈਲਥ ਡਿਪਾਰਟਮੈਂਟ ਦੀ ਗੱਲ ਕੀਤੀ, ਨਾ ਉਹਨਾਂ ਨੇ ਐਜੂਕੇਸ਼ਨ ਡਿਪਾਰਟਮੈਂਟ ਦੇ ਸੈਂਟਰ ਨਾਲ ਗੱਲ ਕੀਤੀ, ਜੇ ਸੈਂਟਰ ਨਾਲ ਗੱਲ ਕੀਤੀ ਤਾਂ ਇਕੱਲੇ ਸ਼ਰਾਬ ਦੇ ਇਸ਼ੂ 'ਤੇ ਕੀਤੀ, ਹੋਰ ਕਿਸੇ ਇਸ਼ੂ 'ਤੇ ਗੱਲ ਨਹੀਂ ਕੀਤੀ। ਹਾਂ, ਮੀਡੀਆ 'ਚ ਜ਼ਰੂਰ ਗੱਲਾਂ ਕਰਦੇ ਨੇਗੇ ਕਿ ਕੇਂਦਰ ਸਰਕਾਰ ਆਹ ਚੀਜ਼ ਦੇਵੇ ਮੈਨੂੰ, ਸੈਂਟਰ ਸਰਕਾਰ ਆਹ ਚੀਜ਼ ਦੇਵੇ, ਪਰ ਲੇਕਿਨ ਜਦੋਂ ਗੱਲ ਸੈਂਟਰ ਨਾਲ ਕੀਤੀ ਤਾਂ ਸਿਰਫ ਸ਼ਰਾਬ ਦੇ ਮੁੱਦੇ 'ਤੇ ਕੀਤੀ, ਨਾ ਪੰਜਾਬ ਦੇ ਜਿਹੜਾ ਹੈਗਾ ਹੈਲਥ ਸੈਕਟਰ ਬਾਰੇ ਕੋਈ ਗੱਲ ਕੀਤੀ ਵੀ ਸਾਨੂੰ ਇਹਦੇ ਲਈ ਪੈਕੇਜ ਚਾਹੀਦਾ, ਨਾ ਔਨਲਾਈਨ ਦੀ ਪੜ੍ਹਾਈ ਬਾਰੇ ਬੱਚਿਆਂ ਬਾਰੇ ਕੀਤੀ। ਤੁਸੀਂ ਦੇਖੋ ਵੀ ਅੱਜ ਸਾਰੇ ਸਰਕਾਰੀ ਸਕੂਲਾਂ ਦੇ ਬੱਚੇ ਬਿਲਕੁਲ ਨਹੀਂ ਪੜ੍ਹਾਈ ਹੋ ਰਹੀ ਉਹਨਾਂ ਦੀ, ਜਦਕਿ ਪ੍ਰਾਈਵੇਟ ਸਕੂਲ ਤਾਂ ਪੜ੍ਹਾ ਰਹੇ ਨੇਗੇ। ਕਿਉਂ ਨਹੀਂ ਔਨਲਾਈਨ ਪੜ੍ਹਾਈ ਸ਼ੁਰੂ ਕੀਤੀ? ਕਿਉਂ ਨਹੀਂ ਜਿਹੜਾ ਲੋਕਲ ਮੀਡੀਆ ਜਿਹਨੂੰ ਆਪਾਂ ਕਹਿ ਲਈਏ ਵੀ ਕੇਬਲ ਟੀਵੀ ਆ, ਮੀਡੀਆ ਦੇ ਜਿਹੜੇ ਕਰਮੀ ਨੇ ਉਹਨਾਂ ਨੂੰ ਕਿਉਂ ਨਹੀਂ ਜਿਹੜਾ ਹੈਗਾ ਸ਼ਾਮਿਲ ਕੀਤਾ? ਸਾਹਿਬ, ਤੁਸੀਂ ਠੇਕੇ ਖੋਲ੍ਹਣ ਬਾਰੇ ਗੱਲ ਕੀਤੀ ਆ, ਠੇਕੇ ਖੋਲ੍ਹਣ 'ਤੇ ਇਤਰਾਜ਼ ਜਤਾਇਆ, ਪੰਜਾਬ ਸਰਕਾਰ ਦੀ ਪੋਲਿਸੀ ਨੂੰ ਆੜੇ ਹੱਥੀ ਲੈ ਰਹੇ ਹੋ, ਪਰ ਤੁਹਾਡੀ ਦਿੱਲੀ ਵਿੱਚ ਸਰਕਾਰ ਨੇ ਆਪਸ ਪਹਿਲ ਕਰਦੇ ਠੇਕੇ ਖੋਲ੍ਹੇ ਨੇ। ਦੇਖੋ, ਉਹ ਠੇਕੇ ਖੋਲ੍ਹਣ 'ਚ ਕੋਈ ਸ਼ੱਕ ਨਹੀਂ ਔਰ ਉਹਦੇ 'ਤੇ ਐਕਸਾਈਜ਼ ਵੀ ਲਗਾਇਆ ਗਾ, ਬਿਲਕੁਲ ਸਹੀ ਗੱਲ ਆ, ਪਰ ਲੇਕਿਨ ਇਹ ਠੇਕੇ ਤਾਂ ਇਹ ਵੀ ਘਰ ਘਰ ਡਿਲੀਵਰੀ, ਘਰ ਘਰ ਸ਼ਰਾਬ ਕਿਵੇਂ ਬਚਾਉਣੀ ਆ ਉਹਦੀ ਗੱਲ ਮੈਂ ਕਰ ਰਿਹਾ, ਕਿਉਂਕਿ ਇਹਦੇ ਨਾਲ ਪੰਜਾਬ ਦੇ ਲੋਕਾਂ ਦੇ ਵਿੱਚ ਜਿਹੜੀ ਆ ਜਿਹੜੀ ਨਜਾਇਜ਼ ਸ਼ਰਾਬ ਵਿਕ ਰਹੀ ਆ, ਜਿਹੜਾ ਸ਼ਰਾਬ ਮਾਫੀਆ ਗਾ ਉਹ ਮਾਫੀਆ ਜਿਹੜਾ ਹੈਗਾ ਹੋਰ ਮੈਂ ਸਮਝਦਾ ਵੀ ਇੱਕ ਤਾਕਤਵਰ ਹੋ ਕੇ ਨਿਕਲੂਗਾ ਔਰ ਉਹਨੂੰ ਬਹੁਤ ਵੱਡਾ ਮਾਫੀਏ ਨੂੰ ਮੁਨਾਫਾ ਹੋਣਾ, ਸਰਕਾਰ ਨੂੰ ਮੈਨੂੰ ਲੱਗਦਾ ਸਰਕਾਰ ਘਾਟੇ ਜਾਊਗੀ।
ਚੀਮਾ ਸਾਹਿਬ, ਇੱਕ ਪੰਜਾਬ ਦਾ ਵੱਡਾ ਰਾਜਨੀਤਿਕ ਘਰਾਣਾ ਬਾਦਲ ਪਰਿਵਾਰ ਅੱਜ ਵਾਰ ਵਾਰ ਅਪੀਲਾਂ ਕਰ ਰਿਹਾ, ਕਣਕ ਦੇ ਗੁਰੂ ਘਰਾਂ ਨੂੰ ਦੇਣ ਦੀ ਅਪੀਲਾਂ ਕਰ ਰਿਹਾ, ਤੁਹਾਡਾ ਇਸ ਸੰਬੰਧੀ ਕੀ ਵਿਚਾਰ ਆ? ਦੇਖੋ, ਵੈਸੇ ਤਾਂ ਅੱਜ ਤੱਕ ਜਦੋਂ ਦੀ ਦੁਨੀਆ ਬਸੀ ਆ, ਜਦੋਂ ਦਾ ਸਿੱਖ ਪੰਥ ਸਾਡੇ ਗੁਰੂ ਸਾਹਿਬਾਨ ਹੋਣ 'ਚ ਆਏ ਨੇ ਔਰ ਪੰਥ ਚੱਲ ਰਿਹਾ, ਕਦੇ ਵੀ ਗੁਰੂ ਘਰ ਨੂੰ ਲੋੜ ਨਹੀਂ ਪਈ ਹੈਗੀ ਕਿ ਜਿਹੜਾ ਹੈਗਾ ਘਾਟ ਹੋਈ ਹੋਵੇ ਕਦੇ ਵੀ ਕਿਸੇ ਗੁਰਦੁਆਰਾ ਸਾਹਿਬਾਨ ਦੇ ਵਿੱਚ, ਕਿਸੇ ਵੀ ਸੰਸਥਾ ਦੇ ਵਿੱਚ ਅੱਜ ਤੱਕ ਕਦੇ ਘਾਟ ਨਹੀਂ ਪਈ। ਇਹ ਪਹਿਲੀ ਵਾਰ ਹੋਇਆ। ਇੱਥੋਂ ਪਤਾ ਲੱਗਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਪ੍ਰਬੰਧ ਆ ਉਹ ਮਾੜੇ ਹੱਥਾਂ ਦੇ ਵਿੱਚ ਆ, ਉਹ ਬਿਲਕੁਲ ਸਹੀ ਨਹੀਂ ਚੱਲ ਰਿਹਾ। ਔਰ ਦੂਜੇ ਪਾਸੇ ਮੈਂ ਸਮਝਦਾ ਕਿ ਬਾਦਲ ਸਾਹਿਬ ਨੂੰ ਚਾਹੀਦਾ ਸੀ ਅਪੀਲ ਕਰਨ ਦੀ ਬਜਾਏ, ਉਹ ਅਪੀਲ ਪਹਿਲਾਂ ਸਭ ਤੋਂ ਪਹਿਲਾਂ ਆਪਦੇ ਘਰ ਦੀ, ਆਪਦੀ ਜਿਹੜੀ ਉਹਨਾਂ ਦੀ ਹਜ਼ਾਰਾਂ ਏਕੜ ਜ਼ਮੀਨ ਆ, ਉਸ ਜ਼ਮੀਨ ਦੀ ਜਿਹੜੀ ਜਿਣਸ ਪੈਦਾ ਹੁੰਦੀ ਉਹ ਦਾਨ ਕਰਦੇ। ਉਹ ਦਾਨ ਕਿਉਂ ਨਹੀਂ ਕੀਤੀ? ਸੋ ਇਹ ਲੋਕਾਂ ਨੂੰ ਅਪੀਲ ਕਰ ਰਹੇ ਨੇ, ਸਭ ਤੋਂ ਪਹਿਲਾਂ ਉਹਨੂੰ ਵੱਡਾ ਦਿਲ ਦਿਖਾ ਕੇ ਚਾਹੀਦਾ ਕਿ ਆਪਦੇ ਘਰ ਦੇ ਵਿੱਚ ਜਿਹੜੀ ਉਹਨਾਂ ਦੀ ਪੈਦਾਵਾਰ ਹੋ ਰਹੀ ਆ, ਪਹਿਲਾਂ ਉਹ ਆਪ ਸ਼ੁਰੂਆਤ ਕਰਨ। ਆਪ ਲੋਕਾਂ ਨੂੰ ਕਹਿ ਰਹੇ ਨੇ ਸ਼ੁਰੂਆਤ ਕਰਨ, ਪਹਿਲਾਂ ਆਪ ਸ਼ੁਰੂਆਤ ਕਰਨ, ਪਹਿਲਾਂ ਆਪ ਜਿਹੜਾ ਹੈਗਾ ਲੋਕਾਂ ਦੇ ਸਾਹਮਣੇ ਆਪਦਾ ਆਦਰਸ਼ ਰੱਖਣ, ਫਿਰ ਜਾ ਕੇ ਲੋਕਾਂ ਨੂੰ ਅਪੀਲ ਕਰਨ। ਔਰ ਦੂਜੀ ਵੱਡੀ ਗੱਲ ਸਭ ਤੋਂ ਜਿਹੜਾ ਹੈਗਾ ਉਹ ਪੁਆਇੰਟ ਆ ਕਿ ਸ਼੍ਰੋਮਣੀ ਕਮੇਟੀ ਨੂੰ ਜੇ ਅੱਜ ਅਪੀਲ ਕਰਨੀ ਪੈ ਰਹੀ ਹੈ ਜਾਂ ਪ੍ਰਕਾਸ਼ ਸਿੰਘ ਬਾਦਲ ਨੂੰ ਅਪੀਲ ਕਰਨੀ ਪੈ ਰਹੀ ਆ, ਤਾਂ ਇਹ ਬੜਾ ਸਪਸ਼ਟ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਪ੍ਰਬੰਧ ਆ ਉਹ ਮਾੜੇ ਹੱਥਾਂ ਦੇ ਵਿੱਚ ਆ। ਉਹਨਾਂ ਉਸ ਪ੍ਰਬੰਧ ਨੇ ਅੱਜ ਜਿਹੜਾ ਹੈਗਾ ਇਸ ਕਗਾਰ 'ਤੇ ਲੈ ਕੇ ਸਾਨੂੰ ਖੜਾ ਕਰਤਾ। ਚੀਮਾ ਸਾਹਿਬ, ਲਾਸਟ ਕੁਐਸਚਨ, ਜਾਂਦੇ ਜਾਂਦੇ, ਅੰਤਰਰਾਸ਼ਟਰੀ ਸਮੱਸਿਆ ਬਣ ਚੁੱਕੀ ਆ ਕੋਰੋਨਾ ਵਾਇਰਸ ਅੱਜ, ਪੰਜਾਬ ਦੇ ਉਪਰਾਲਿਆਂ ਤੋਂ, ਤੁਸੀਂ ਪੰਜਾਬ ਸਰਕਾਰ ਦੇ ਉਪਰਾਲਿਆਂ ਤੋਂ ਕਿੰਨਾ ਕੁ ਸੰਤੁਸ਼ਟ ਹੋ? ਦੇਖੋ, ਪੰਜਾਬ ਸਰਕਾਰ ਵਿੱਚ ਕੋਈ ਸ਼ੱਕ ਨਹੀਂ ਕਿ ਉਪਰਾਲੇ ਕਰ ਰਹੀ ਹੈ, ਪਰ ਲੇਕਿਨ ਉਹ ਬਿਲਕੁਲ ਪੁਖਤਾ ਨਹੀਂ ਹੈਗੇ, ਜਿੱਥੇ ਤੱਕ ਹੋਣੇ ਚਾਹੀਦੇ ਹੋ ਨਹੀਂ ਸਕੇ ਹੈਗੇ। ਤੁਸੀਂ ਦੇਖੋ ਵੀ ਜਿੰਨੀ ਵੀ ਬਾਹਰੋਂ ਜਿਹੜੇ ਬਾਹਰੋਂ ਲੇਬਰ ਆ ਰਹੇ ਨੇ ਵਾਪਸ, ਜਾਂ ਸਟੂਡੈਂਟ ਆ ਰਹੇ ਨੇ, ਜਾਂ ਸਾਡੇ ਸ਼ਰਧਾਲੂ ਆਏ ਨੇ, ਉਹਨਾਂ ਦੀ ਟੈਸਟਿੰਗ ਜਿਹੜੀ ਆ, ਕਿਸੇ ਦੀ 10 ਦਿਨ ਬਾਅਦ ਹੋਈ ਆ, ਕਿਸੇ ਦੀ 5 ਦਿਨ ਬਾਅਦ ਹੋਈ ਆ, ਉਹਨਾਂ ਦੀ ਆਉਣ ਸਾਰ ਕੋਈ ਟੈਸਟਿੰਗ ਨਹੀਂ ਹੋਈ ਹੈਗੀ। ਔਰ ਦੂਜੀ ਵੱਡੀ ਗੱਲ ਆ ਕਿ ਵੱਡੇ ਪੱਧਰ 'ਤੇ ਪੰਜਾਬ ਦੇ ਲੋਕਾਂ ਦੀ ਮਾਸ ਟੈਸਟਿੰਗ ਨਹੀਂ ਹੋਈ ਹੋਗੀ, ਇਹੀ ਕਾਰਨ ਆ ਕਿ। ਔਰ ਦੂਜਾ ਇੱਕ ਹੋਰ ਜਿਹੜਾ ਸਭ ਤੋਂ ਵੱਡਾ ਨਿਕਲ ਕੇ ਸਾਹਮਣੇ ਆ ਰਹੀ ਗੱਲ ਕਿ ਮੀਡੀਆ ਦੇ ਕਰਮੀਆਂ ਦੇ ਰਾਹੀਂ ਪਤਾ ਲੱਗ ਰਿਹਾ, ਕਿਉਂਕਿ ਲੋਕਡਾਊਨ ਕਰਕੇ ਬਾਹਰ ਨਹੀਂ ਜਾ ਸਕਦੇ। ਅੱਜ ਹਾਲਾਤ ਇਹ ਬਣੇ ਨੇ ਕਿ ਡਾਕਟਰ ਵੀ ਆਪਣੀ ਵੀਡੀਓ ਪਾ ਰਹੇ ਨੇਗੇ, ਨਰਸਾਂ ਵੀ ਆਪਣੀਆਂ ਵੀਡੀਓ ਪਾ ਰਹੀਆਂ ਆਪਣੀਆਂ ਮੰਗਾਂ ਦੇ ਲਈ, ਔਰ ਜਿਹੜੇ ਇਕਾਂਤਵਾਸ ਕੀਤੇ ਹੋਏ ਸਾਡੇ ਸ਼ਰਧਾਲੂ ਨੇ ਜਾਂ ਪੇਸ਼ੈਂਟ ਨੇ ਜਾਂ ਡਾਕਟਰ ਨੇਗੇ ਜਾਂ ਪੋਜ਼ਟਿਵ ਮਰੀਜ਼ ਵੀ ਨੇ, ਉਹ ਵੀਡੀਓ ਪਾ ਰਹੇ ਨੇ ਕਿ ਉੱਥੇ ਜਿਹੜਾ ਪ੍ਰਬੰਧ ਆ ਉਹ ਕਾਫੀ ਨਹੀਂ ਹੈਗਾ, ਔਰ ਦਿਖਾ ਰਹੇ ਨੇ ਕਿ ਕਿਸ ਤਰ੍ਹਾਂ ਉਹਨਾਂ ਨੂੰ ਮਾੜਾ ਖਾਣਾ ਮਿਲ ਰਿਹਾ, ਕਿਸ ਤਰ੍ਹਾਂ ਉਹਦੇ ਚੈਕਿੰਗ ਕਰਨ ਲਈ ਕੋਈ ਨਹੀਂ ਆ ਰਿਹਾ। ਸੋ ਇਹ ਸਾਰੇ ਪ੍ਰਬੰਧ ਇਸ ਗੱਲ ਦਾ ਸਬੂਤ ਨੇਗੇ ਕਿ ਹੈਲਥ ਡਿਪਾਰਟਮੈਂਟ ਨੇ ਕੋਈ ਪੁਖਤਾ ਇੰਤਜ਼ਾਮ ਨਹੀਂ ਕੀਤੇ। ਔਰ ਦੂਜੀ ਵੱਡੀ ਗੱਲ ਕੀ ਆ ਕਿ ਪੰਜਾਬ ਦਾ ਕੋਈ ਵੀ ਮਿਨਿਸਟਰ, ਪੰਜਾਬ ਸਰਕਾਰ ਦਾ ਕੋਈ ਵੀ ਵੱਡਾ ਮਿਨਿਸਟਰ ਕਿਸੇ ਦੀ ਵੀ ਸਾਰ ਲੈਣ ਦੇ ਲਈ ਹੈਗਾ, ਨਾ ਹੀ ਉਹਨੇ ਆ ਕੇ ਕੈਂਪ ਆਫਿਸ ਬਣਾਏ ਡਿਸਟ੍ਰਿਕਟਾਂ ਦੇ ਉੱਤੇ, ਨਾ ਹੀ ਜਿਹੜਾ ਹੈਗਾ ਉਹ ਲੋਕਾਂ ਨੂੰ ਕਿਤੇ ਮਿਲਦੇ, ਮੈਂ ਸਮਝਦਾ ਵੀ ਕਿਤੇ ਵੱਡੀ ਪੱਧਰ 'ਤੇ ਕੰਮ ਕਰਦੇ ਦਿਖਾਈ ਦਿੱਤੇ, ਸਿਰਫ ਸਾਰੇ ਦੇ ਸਾਰੇ ਆਪਣੇ ਘਰਾਂ 'ਚ ਲੁਕੇ ਹੋਏ ਨੇ, ਕਿ ਜਦਕਿ ਚਾਹੀਦਾ ਕਿ ਫਰੰਟ 'ਤੇ ਆ ਕੇ, ਫਰੰਟ 'ਤੇ ਆ ਕੇ ਇਸ ਲੜਾਈ ਦਾ ਮੁਕਾਬਲਾ ਕਰਨ ਲਈ ਸਭ ਤੋਂ ਮੂਹਰੇ ਖੜ੍ਹੇ ਹੋਣ। ਇਹ ਸਨ ਐਡਵੋਕੇਟ ਹਰਪਾਲ ਸਿੰਘ ਚੀਮਾ, ਜਿਨ੍ਹਾਂ ਨੇ ਇੱਕ ਵਿਰੋਧੀ ਧਿਰ ਦੇ ਆਗੂ ਵਾਲੀ ਆਪਣੀ ਗੱਲ ਰੱਖੀ ਆ। ਉਹਨਾਂ ਨੇ ਸਰਕਾਰ ਨੂੰ ਐਕਸਾਈਜ਼ ਦੇ ਮੁੱਦੇ 'ਤੇ ਘੇਰਿਆ, ਉਹਨਾਂ ਨੇ ਸਰਕਾਰ ਨੂੰ ਕੋਰੋਨਾ ਦੇ ਪ੍ਰਬੰਧਾਂ 'ਤੇ ਘੇਰਿਆ, ਇੱਥੋਂ ਤੱਕ ਕਿ ਉਹਨਾਂ ਨੇ ਇਹ ਵੀ ਕਿਹਾ ਵੀ ਪੰਜਾਬ ਸਰਕਾਰ ਅੱਜ ਹਰ ਫਰੰਟ 'ਤੇ ਹੀ ਟੋਟਲੀ ਫੇਲ ਹੋ ਚੁੱਕੀ ਹੈ। ਕੈਮਰਾਮੈਨ ਦਰਸ਼ਨ ਬਤਵਰ ਨਾਲ ਸੰਗਰੂਰ ਤੋਂ ਅਮਨਦੀਪ ਸਿੰਘ ਬਿੱਟੋ। ਦੇਸ਼ ਦੁਨੀਆ 'ਤੇ ਕੋਰੋਨਾ ਮਹਾਮਾਰੀ ਦਾ ਅਸਰ, ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ। ਅਜੀਤ ਵੈਬ ਟੀਵੀ ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ, ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ। ਪਿੰਡ, ਕਸਬਾ, ਸ਼ਹਿਰ ਹੋਵੇ ਜਾਂ ਦੇਸ਼ ਵਿਦੇਸ਼, ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ। ਕਲਮ ਦੀ ਤਾਕਤ ਤੇ ਵੈਬ ਟੀਵੀ ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮਨ ਦੀ ਆਵਾਜ਼। ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ। ਆਪ ਨਹੀਂ ਤਾਂ ਪਹੁੰਚੇਗੀ ਸਾਡੀ ਵੀਡੀਓ ਕਾਲ। ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ।